ਕੈਨੇਡਾ ਵਿੱਚ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟ ਦੀ ਅਜੇ ਵੀ ਕਨਫਿਊਜ਼ਨ ਦੂਰ ਨਹੀਂ ਹੋਈ ਵੀ ਕਿਹੜੀ ਪ੍ਰੋਵਿੰਸ ਦੀ ਅਟੈਸਟੇਸ਼ਨ ਲੈਟਰ ਪ੍ਰੋਪਰ ਸ਼ੁਰੂ ਹੋ ਗਈ ਹੈ ਜਾਂ ਨਹੀਂ ਹੋਈ ਹੈ। ਸੋ ਕਿਊਬਿਕ ਨੂੰ ਪਹਿਲਾਂ ਇਹ ਕਿਊਬਿਕ ਇੱਦਾਂ ਦੀ ਗੌਰਮੈਂਟ ਹੋਈ ਜਿਨ੍ਹਾਂ ਨੇ ਅਟੈਸਟੇਸ਼ਨ ਲੈਟਰ ਸ਼ੁਰੂ ਕੀਤਾ, ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਨੇ ਵੀ ਅਟੈਸਟੇਸ਼ਨ ਲੈਟਰ ਸ਼ੁਰੂ ਕੀਤੇ, ਉਸ ਤੋਂ ਬਾਅਦ ਮੈਨੀਟੋਬਾ ਤੇ ਅਲਬਰਟਾ ਨੇ ਵੀ ਅਟੈਸਟੇਸ਼ਨ ਲੈਟਰ ਸ਼ੁਰੂ ਕਰ ਦਿੱਤੇ ਹੈ। ਕੁਝ ਸਟੇਟਸ ਅਜੇ ਵੀ ਪ੍ਰੋਵਿੰਸ ਜਿਨ੍ਹਾਂ ਨੇ ਅਟੈਸਟੇਸ਼ਨ ਲੈਟਰ ਨਹੀਂ ਸ਼ੁਰੂ ਕੀਤੀਆਂ, ਬਟ ਇੱਕ ਵੱਡਾ ਪ੍ਰੋਬਲਮ ਆ ਰਿਹਾ ਹੈ ਉਹ ਹੈ ਕਾਲਜ ਯੂਨੀਵਰਸਿਟੀਆਂ ਵੱਲੋਂ ਅਟੈਸਟੇਸ਼ਨ ਲੈਟਰ ਨੂੰ ਲੈ ਕੇ। ਅਟੈਸਟੇਸ਼ਨ ਲੈਟਰ ਵਿੱਚ ਪਹਿਲਾਂ ਫੀਸ ਜਾਏਗੀ, ਅਗਰ ਤੁਹਾਨੂੰ ਅਟੈਸਟੇਸ਼ਨ ਲੈਟਰ ਨਹੀਂ ਦਿੱਤੀ ਜਾਵੇਗੀ ਤਾਂ ਤੁਹਾਡਾ ਰਿਫੰਡ ਤੁਹਾਡੇ ਕੋਲ ਕੱਟ ਕੇ ਆਵੇਗਾ, ਯਾਨੀ ਕਿ $1,000 ਜਾਂ $2,000 ਤੁਹਾਡਾ ਨੁਕਸਾਨ ਹੋਵੇਗਾ। ਸੋ ਇੱਦਾਂ ਦੀਆਂ ਕਾਲਜ ਬਹੁਤ ਸਾਰੇ ਨੇ ਜਿਨ੍ਹਾਂ ਨੇ ਅਟੈਸਟੇਸ਼ਨ ਲੈਟਰ ਨੂੰ ਡਿਕਲਾਈਨ ਕਰਨਾ ਸ਼ੁਰੂ ਕੀਤਾ ਹੈ। ਸੋ ਅਗਰ ਤੁਸੀਂ ਕੈਨੇਡਾ ਵਿੱਚ ਪਲੱਸ ਟੂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਮਾਸਟਰਸ 'ਚ ਜਾਣਾ ਚਾਹੁੰਦੇ ਹੋ ਜਾਂ ਬੈਚਲਰ 'ਚ ਜਾਣਾ ਚਾਹੁੰਦੇ ਹੋ ਜਾਂ ਡਿਪਲੋਮੇ 'ਚ ਵਿੱਚ ਜਾਣਾ ਚਾਹੁੰਦੇ ਹੋ, ਬਹੁਤ ਸਾਰੇ ਕਾਲਜ ਓਮ ਗਲੋਬਲ ਕੋਲ ਅਵੇਲੇਬਲ ਨੇ ਜਿਹਦੇ ਵਿੱਚ ਤੁਸੀਂ ਫੀਸ ਆਫਟਰ ਵੀਜ਼ਾ ਦੇ ਸਕਦੇ ਹੋ ਬਿਨਾਂ ਕਿਸੇ ਰਿਸਕ ਦੇ। ਅਟੈਸਟੇਸ਼ਨ ਲੈਟਰ ਵੀ ਤੁਹਾਨੂੰ 1 ਜਾਂ 2 ਦਿਨ ਵਿੱਚ ਮਿਲ ਜਾਵੇਗੀ, ਵਿਦ ਇਨ ਵੀਕ ਤੁਹਾਡੀ ਫਾਈਲ ਹਾਈ ਕਮਿਸ਼ਨ ਵਿੱਚ ਪਹੁੰਚਦੀ ਕਰ ਦਿੱਤੀ ਜਾਵੇਗੀ। ਸੋ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਉਹਨਾਂ ਸਟੂਡੈਂਟ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ। ਤੁਸੀਂ ਸਤੰਬਰ ਇਨਟੇਕ ਵਿੱਚ ਜਾਣਾ ਹੈ ਜਾਂ ਮਈ ਇਨਟੇਕ ਵਿੱਚ ਜਾਣਾ ਹੈ, ਕਾਲ ਕਰੋ ਜਾਂ ਵਿਜ਼ਿਟ ਕਰੋ। ਧੰਨਵਾਦ।